ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ, ਜੋ ਤਿਸ ਭਾਵੇ ਨਾਨਕਾ ਸਾਹੇ ਗੱਲ ਚੰਗੀ। ਸਤਿਕਾਰਯੋਗ ਵੀਰੋ, ਮੈਂ ਕੈਪਟਨ ਜੋਗਾ ਸਿੰਘ, ਪਿੰਡ ਬੱਸੀ। ਸਾਡੇ ਪਿੰਡਾਂ ਦੇ ਵਿੱਚ ਆਂਢ ਗੁਆਂਢ ਮੁਹੱਲੇ ਦੇ ਵਿੱਚ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਆਪਣੀ ਸਵਾਸਾ ਪੂੰਜੀ ਨੂੰ ਭੋਗ ਕੇ ਉਸ ਗੁਰੂ ਮਹਾਰਾਜ ਦੇ ਚਰਨਾਂ 'ਚ ਜਾ ਬਰਾਜੇ ਹਨ, ਜਿਨ੍ਹਾਂ ਦੇ ਵਿੱਚ ਸਾਡੇ ਸਤਿਕਾਰਯੋਗ ਬਹੁਤ ਹੀ ਐਜੂਕੇਟਡ ਮਹਾਨ ਸਾਡੇ ਵੀਰ ਸਰਦਾਰ ਬਖਸ਼ੀਸ਼ ਸਿੰਘ ਜੀ, ਜਿਨ੍ਹਾਂ ਨੇ ਬਹੁਤ ਹੀ ਪਿੰਡ ਦੇ ਵਿੱਚ ਸੋਹਣੇ ਸੁਚੱਜੇ ਕੰਮ ਕੀਤੇ ਹਨ। ਕਿਸੇ ਸਿਆਣਿਆਂ ਨੇ, ਕਿਸੇ ਲਿਖਾਰੀ ਨੇ ਦੋ ਪੰਕਤੀਆਂ ਲਿਖੀਆਂ ਸਨ, ਜਬ ਆਏ ਹਮ ਜਗਤ ਮੇਂ ਜਗ ਹਸੇ ਹਮ ਰੋਏ, ਐਸੀ ਕਰਨੀ ਕਰ ਚਲੋ ਹਮ ਹਸੇ ਜਗ ਰੋਏ। ਉਹ ਸਾਡੇ ਸਤਿਕਾਰਯੋਗ ਵੀਰ ਬਖਸ਼ੀਸ਼ ਸਿੰਘ ਜੀ ਇਸ ਸੰਸਾਰ ਦੇ ਵਿੱਚ ਜਿੰਨੀ ਆਜੂ ਸੱਚੇ ਪਾਤਸ਼ਾਹ ਨੇ ਬਖਸ਼ੀ ਸੀ ਉਹ ਭੋਗ ਕੇ ਆਪਣਾ ਇੱਕ ਬਹੁਤ ਵੱਡਾ ਦੁਨੀਆਂ ਦੇ ਵਿੱਚ ਨਾਂ ਛੱਡ ਗਏ ਹਨ, ਜੋ ਕਿ ਉਹਨਾਂ ਨੂੰ ਬੱਚਾ ਬੱਚਾ ਜਾਣਦਾ ਹੈ। ਵਿੱਦਿਆ ਦੇ ਉਹਨਾਂ ਨੇ ਕਿੰਨੇ ਕੁ ਬੱਚਿਆਂ ਨੂੰ ਸ਼ਿਕਸ਼ਾ ਦੇ ਕੇ ਮੰਜ਼ਲਾਂ ਤੱਕ ਪਹੁੰਚਾਏ ਹਨ। ਮੈਂ ਉਸ ਪਰਮ ਪਿਤਾ ਪਰਮਾਤਮਾ ਦੇ ਅੱਗੇ ਦੁਆ ਕਰਦਾ ਹਾਂ ਕਿ ਐਸੀਆਂ ਸ਼ਖਸੀਅਤਾਂ ਨੂੰ ਲੰਬੀਆਂ ਉਮਰਾਂ ਦੇਵੀਂ ਪਰਮਾਤਮਾ, ਔਰ ਹਰ ਘਰ ਦੇ ਵਿੱਚ ਬੱਚਿਆਂ ਨੂੰ ਜਨਮ ਦੇਵੇ ਜੋ ਕਿ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਇਸ ਸੰਸਾਰ 'ਚ ਨਾਮ ਕਮਾਉਣ ਵਾਲੀਆਂ ਹੋਣ। ਬਹੁਤ ਹੀ ਸੁਚੱਜੇ ਢੰਗ ਦੇ ਸਾਡੇ ਸਤਿਕਾਰਯੋਗ ਵੀਰ ਬਖਸ਼ੀਸ਼ ਸਿੰਘ ਸਨ। ਮੈਂ ਉਹਨਾਂ ਦੇ ਪਰਿਵਾਰ ਦਾ, ਸਾਰੇ ਨਗਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਉਹਨਾਂ ਦੇ ਨਾਲ ਹਰ ਟਾਈਮ 'ਤੇ ਖੜ੍ਹੇ ਹੋ ਕੇ ਸਹਿਯੋਗ ਦਿੱਤਾ ਹੈ। ਖਾਸ ਕਰਕੇ ਕੋਈ ਵੀ ਕੰਮ ਕਰਦੇ ਸਨ, ਇੰਡੀਵਿਜੁਅਲ ਪਰਸਨਲੀ ਫੋਨ ਜ਼ਰੂਰ ਕਰਦੇ ਸਨ। ਬਾਕੀ ਦੂਸਰੀ ਘਟਨਾ ਸਾਡੇ ਗੁਆਂਢ ਵਾਪਰੀਏ ਕਰਤਾਰ ਸਿੰਘ, ਜਿਨ੍ਹਾਂ ਦਾ ਨਿੱਕ ਬੁਲਾਇਆ ਜਾਂਦਾ ਸੀ ਜਸਵੰਤ ਸਿੰਘ ਗੋਰਾ, ਪੁੱਤਰ ਦਾ ਵਿਆਹ ਕਰਕੇ 6 ਤਰੀਕ ਨੂੰ ਆਏ ਨੇ। 6 ਦੀ ਰਾਤ ਨੂੰ ਆਪਣੇ ਪਰਿਵਾਰਾਂ 'ਚ ਖੁਸ਼ੀਆਂ ਮਨਾਉਂਦੇ ਹੋਏ ਰਾਤ ਨੂੰ ਸੁੱਤੇ ਨੇ। ਸਵੇਰੇ 8:15 'ਤੇ ਉਹ ਵੀ ਸੰਸਾਰ ਨੂੰ ਚਲਾਉਣਾ ਕਰ ਗਏ ਹਨ। ਬਹੁਤ ਵੱਡਾ ਉਹ ਵੀ ਸਦਮਾ ਪਰਿਵਾਰ ਨੂੰ, ਨਗਰ ਨੂੰ ਪਹੁੰਚਿਆ ਜੀ। ਮੈਂ ਉਹਨਾਂ ਦੀ ਵੀ ਆਤਮਿਕ ਸ਼ਾਂਤੀ ਲਈ ਗੁਰੂ ਮਹਾਰਾਜ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਆਪਣੇ ਚਰਨਾਂ 'ਚ ਨਿਵਾਸ ਸਥਾਨ ਬਖਸ਼ਣਾ। ਸਤਿਕਾਰਯੋਗ ਵੀਰੋ, ਮੈਂ ਇੱਕ ਸੰਦੇਸ਼ ਜ਼ਰੂਰ ਦਿੰਦਾ ਹਾਂ ਕਿ ਜਿੰਨਾ ਹੋ ਸਕੇ ਪਿਆਰ ਵੰਡੋ ਦੁਨੀਆ 'ਚ, ਇੱਕ ਦੂਸਰੇ ਦਾ ਸਾਥ ਦਿਓ। ਇੰਨਾ ਕੁਛ ਕਹਿੰਦੇ ਹੋਏ ਖੇਮਾ ਦਾ ਜਾਤਕ ਹਾਂ, ਕੋਈ ਵੱਧ ਘੱਟ ਸ਼ਬਦ ਬੋਲ ਗਿਆ। ਸੰਗਤ ਬਖਸ਼ਣ ਯੋਗ ਹੈ, ਬਖਸ਼ਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਦੁਖੀ ਹਿਰਦੇ ਨਾਲ ਤੁਹਾਡੇ ਸਾਰਿਆਂ ਵੀਰਾਂ ਭਰਾਵਾਂ ਦੇ ਨਾਲ ਇਹ ਦੁੱਖ ਸਾਂਝਾ ਕਰਨਾ ਚਾਹੁੰਦਾ ਹਾਂ। ਜਿਵੇਂ ਕਿ ਸਾਡਾ ਵੱਡਾ ਵੀਰ ਸਰਦਾਰ ਬਖਸ਼ੀਸ਼ ਸਿੰਘ ਜੀ, ਜੋ ਕਿ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ, ਇਹਨਾਂ ਦੁੱਖ ਦੀਆਂ ਘੜੀਆਂ ਵਿੱਚ ਸਰਦਾਰ ਬਖਸ਼ੀਸ਼ ਸਿੰਘ ਦੇ ਪਰਿਵਾਰ ਨਾਲ ਦਿਲ ਦੀਆਂ ਗਹਿਰਾਈਆਂ ਨਾਲ ਦੁੱਖ ਸਾਂਝਾ ਕਰਨਾ ਚਾਹੁੰਦਾ ਹਾਂ। ਜੋ ਕਿ ਸਾਡਾ ਵੀਰ ਬਹੁਤ ਹੀ ਚੰਗਾ ਇਨਸਾਨ ਸੀ, ਜਿਨ੍ਹਾਂ ਨੂੰ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਜਾਣਦਾ ਸੀ, ਜੋ ਬਹੁਤ ਹੀ
ਅੱਗੇ ਵੱਧ ਕੇ ਪਿੰਡ ਵਿੱਚ ਸੁੱਖ ਅਤੇ ਦੁੱਖ ਦੀਆਂ ਹਰ ਘੜੀਆਂ ਵਿੱਚ ਪਿੰਡ ਵਾਸੀਆਂ ਨਾਲ ਖੜਦੇ ਸਨ। ਉਹ ਬਹੁਤ ਹੀ ਚੰਗੇ ਔਰ ਗਿਆਨ ਵਾਲੇ ਇਨਸਾਨ ਸਨ, ਜੋ ਕਿ ਮੈਂ ਸ਼ਬਦਾਂ ਨਾਲ ਬਿਆਨ ਤਾਂ ਨਹੀਂ ਕਰ ਸਕਦਾ। ਬਾਕੀ ਵਾਹਿਗੁਰੂ ਅੱਗੇ ਅਰਦਾਸ ਹੈ ਪਰਮਾਤਮਾ ਉਹਨਾਂ ਦਾ ਸਵਰਗਾਂ ਵਿੱਚ ਵਾਸਾ ਕਰੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਮਹਾਰਾਜ ਦੀ ਹਜ਼ੂਰੀ 'ਚ ਬੈਠੀ ਸਿਆਰੀ ਸਾਧ ਸੰਗਤ ਜੀ, ਵਾਹ ਫਤਿਹ ਅਰਜ ਕਰਦੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੀ ਸੰਗਤ ਨੂੰ ਪਤਾ ਹੈ ਕਿ ਸਰਦਾਰ ਬਖਸ਼ੀਸ਼ ਸਿੰਘ ਜੀ ਸਮੇਂ ਤੋਂ ਪਹਿਲਾਂ ਸੱਜਣਾ ਮਿੱਤਰਾਂ, ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਸਦਮੀ ਵਿਛੋੜਾ ਦੇ ਗਏ ਹਨ, ਜਿਨ੍ਹਾਂ ਦੇ ਜਾਣ ਦਾ ਸਾਰਿਆਂ ਨੂੰ ਬਹੁਤ ਘਾਟਾ ਪਿਆ, ਅਤੇ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਅਸੀਂ ਸਦਾ ਯਾਦ ਰੱਖਾਂਗੇ। ਪਿੰਡ ਦੇ ਕੀਤੇ ਹੋਏ ਵਿਕਾਸ, ਸਕੂਲ ਦੇ ਅਤੇ ਪਿੰਡ ਦੇ ਦੁਆਲੇ ਲਾਏ ਹੋਏ ਉਹਨਾਂ ਦੇ ਬੂਟੇ ਸਾਨੂੰ ਸਦਾ ਉਹਨਾਂ ਦੀ ਯਾਦ ਦਵਾਉਂਦੇ ਰਹਿਣਗੇ। ਬਹੁਤਾ ਸਮਾਂ ਨਾਲ ਲੈਂਦੇ ਹੋਏ ਗੁਰੂ, ਮੈਂ ਮਹਾਰਾਜ ਜੀ ਅਰਦਾਸ ਕਰਨਾ ਕਿ ਪਰਮਾਤਮਾ ਨੇ ਉਹਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਚਿਰੇ ਲਿਖਿਆ ਤੇਹਾ ਹੁਕਮ ਕਮਾਏ, ਧੱਲੇ ਹਵੇ ਨੰਦ ਸੱਦੇ ਉੱਠ ਜਾਏ। ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੇ ਵੀਰ ਬਖਸ਼ੀਸ਼ ਸਿੰਘ ਜੀ ਲੈਕਚਰਾਰ ਜੋ ਸਾਨੂੰ ਸਦੀਵੀ ਵਿਛੋੜਾ ਦੇ ਗਏ। ਪਹਿਲੇ ਵੀ ਵੀਰ ਜੀ ਬਿਮਾਰ ਹੁੰਦੇ ਸੀ ਤੇ ਫਿਰ ਇੱਕ ਦਿਨ ਉਹਨਾਂ ਨੂੰ ਅਚਾਨਕ ਹੀ ਅਟੈਕ ਹੋਇਆ, ਜਿਸ ਦੇ ਨਾਲ ਉਹਨਾਂ ਦੀ ਮੌਤ ਹੋ ਗਈ। ਬਹੁਤ ਹੀ ਨੇਕ ਤੇ ਸੂਝਵਾਨ ਇਨਸਾਨ ਸਨ, ਜੋ ਵੀ ਆਪਣੇ ਪਿੰਡ ਦੀਆਂ ਵੀ ਕਿੰਨੀਆਂ ਜ਼ਿੰਮੇਵਾਰੀਆਂ ਬੜੇ ਵਧੀਆ ਢੰਗ ਦੇ ਨਾਲ ਨਿਭਾ ਕੇ ਗਏ ਨੇ ਤੇ ਬੜੇ ਪਿਆਰ ਮਿਠਾਸ ਵਾਲੇ ਸੀ। ਤੇ ਵੀਰ ਜੀ ਹੋਣਾ ਦੇ ਜਾਣ ਦਾ ਬਹੁਤ ਹੀ ਸਾਨੂੰ ਦੁੱਖ ਹੋਇਆ। ਸੋ ਆਓ ਅਸੀਂ ਸਾਰੇ ਰਲ ਕੇ ਅਰਦਾਸ ਕਰੀਏ ਕਿ ਵੀਰ ਜੀ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਤੇ ਪਿਛਲੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਈ ਹੋਮਲੈਂਡ ਪਿੰਡ ਪਰਸੀ ਦੇ ਸਭ ਵੀਰਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਾਕੀ ਵੀਰੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਪਿਆਰੇ ਸਤਿਕਾਰਯੋਗ ਮਾਸਟਰ ਬਖਸ਼ੀਸ਼ ਸਿੰਘ ਜੀ, ਜੋ ਪਿਛਲੇ ਦਿਨ ਅਚਾਨਕ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ, ਉਹਨਾਂ ਦੀ ਅਚਾਨਕ ਇਸ ਤਰ੍ਹਾਂ ਜਾਣ ਦੇ ਨਾਲ ਜੋ ਸਾਡੇ ਸਭ ਨੂੰ ਇੱਕ ਬਹੁਤ ਵੱਡਾ ਜੋ ਸਦਮਾ ਦੁੱਖ ਹੋਇਆ ਹੈ ਅਤੇ ਜੋ ਘਾਟਾ ਸਾਡੀ ਜ਼ਿੰਦਗੀ 'ਚ ਪਿਆ, ਉਹ ਕਦੇ ਵੀ ਪੂਰਾ ਨਹੀਂ ਹੋ ਸਕਦਾ। ਪਰਮਾਤਮਾ ਇਸ ਦੁੱਖ ਨੂੰ ਸਹਿਣ ਦਾ, ਉਹਨਾਂ ਦੇ ਸਭ ਪਰਿਵਾਰਕ ਜੀਆਂ ਨੂੰ ਅਤੇ ਸਾਨੂੰ ਸਭ ਨੂੰ ਬਲ ਬਖਸ਼ਣ ਕਿ ਅਸੀਂ ਇਸ ਦੁੱਖ ਨੂੰ ਬਰਦਾਸ਼ਤ ਕਰ ਸਕੀਏ। ਬਾਕੀ ਮਾਸਟਰ ਬਖਸ਼ੀਸ਼ ਸਿੰਘ ਜੀ ਬਹੁਤ ਹੀ ਵਧੀਆ ਅਤੇ ਨਿੱਘੇ ਸੁਭਾਅ ਦੇ ਵਿਅਕਤੀ ਸਨ। ਦਸਵੀਂ ਦੇ ਦੌਰਾਨ ਜਦੋਂ ਮੈਂ ਉਹਨਾਂ ਕੋਲ ਟਿਊਸ਼ਨ ਪੜ੍ਹਦਾ ਅਤੇ ਉਸ ਸਮੇਂ ਮੈਨੂੰ ਯਾਨੀ ਕਿ ਉਹਨਾਂ ਨੂੰ ਬਹੁਤ ਨਜ਼ਦੀਕ ਤੋਂ ਜਾਣਨ ਦਾ ਮੌਕਾ ਮਿਲਿਆ ਅਤੇ ਬੜੇ ਵਧੀਆ ਸੁਭਾਅ ਦੇ ਵਿਅਕਤੀ ਸਨ। ਹਮੇਸ਼ਾ ਉਹਨਾਂ ਨੇ ਜਾਣੀ ਕਿ ਬੜੇ ਹੌਲੀ ਬੋਲਣਾ, ਬੜੇ ਜਾਣੀ ਕਿ ਉਹਨਾਂ ਨੂੰ ਕਦੀ ਗੁੱਸੇ 'ਚ ਦੇਖਿਆ ਨਹੀਂ ਸੀ। ਜੇ ਸਰ ਕਿਉਂਕਿ ਕੋਈ ਗਲਤੀ ਵੀ ਹੋ ਜਾਣੀ ਤਾਂ ਬੜੇ ਜਾਣੀ ਕਿ ਉਹਨਾਂ ਨੇ ਹੈ ਨਾ ਵਧੀਆ ਤਰੀਕੇ ਨਾਲ ਸਮਝਾਉਣਾ, ਜਾਂ ਜੇ ਡਾਂਟਦੇ ਵੀ ਹੁੰਦੇ ਸੀ ਇੱਦਾਂ ਲੱਗਦਾ ਸੀ ਜਿੱਦਾਂ ਨੋਰਮਲੀ ਗੱਲ ਕਰਦੇ ਪਏ ਆ, ਜਾਣੀ ਕਿ ਕਦੀ ਉਹਨਾਂ ਨੂੰ ਇੱਦਾਂ ਉੱਚੀ ਬੋਲਦੇ ਸੁਣਿਆ ਹੀ ਨਹੀਂ ਸੀ। ਅਤੇ ਬੜੇ ਬਾਕੀ ਇਸ ਦੁਨੀਆਂ ਤੋਂ ਹਰ ਕਿਸੇ ਨੇ ਜਾਣਾ ਵਾ ਅਤੇ ਟਾਈਮ ਨਾਲ ਜਾਵੇ ਵਧੀਆ ਲੱਗਦਾ, ਪਰ ਜਿਵੇਂ ਮਾਸਟਰ ਜੀ
ਅਚਾਨਕ ਬੇਟਾਇਮ ਇਸ ਦੁਨੀਆਂ ਤੋਂ ਚਲੇ ਗਏ ਤੇ ਜੋ ਘਾਟਾ ਉਹਨਾਂ ਦੇ ਜੀਆਂ ਨੂੰ ਤੇ ਸਾਡੇ ਸਭ ਨੂੰ ਜ਼ਿੰਦਗੀਆਂ ਚ ਪਿਆ, ਇਹ ਘਾਟਾ ਕਦੀ ਵੀ ਪੂਰਾ ਨਹੀਂ ਹੋ ਸਕਦਾ। ਇਹ ਹਮੇਸ਼ਾ ਜਾਣੀ ਕਿ ਅਸੀਂ ਇਸ ਕਮੀ ਨੂੰ ਮਹਿਸੂਸ ਕਰਦੇ ਰਹਾਂਗੇ ਤੇ ਪਰਮਾਤਮਾ ਜੀ ਉਹਨਾਂ ਦੇ ਪਰਿਵਾਰ ਨੂੰ ਤੇ ਸਾਨੂੰ ਸਭ ਨੂੰ ਇਹ ਦੁੱਖ ਸਹਿਣ ਦਾ ਬਲ ਬਖਸ਼ਣ ਤੇ ਇੱਕ ਵਾਰੀ ਫਿਰ ਮੇਰੇ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਾਅ ਜੀ ਸਰਦਾਰ ਬਖਸ਼ੀਸ਼ ਸਿੰਘ ਜੀ, ਜੋ ਕਿ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ, ਜੋ ਸਾਡੇ ਯੂਥ ਦੇ ਥੰਮ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਏ ਨੇ। ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਸੀ ਉਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ, ਜੋ ਸਾਡੇ ਵੱਡੇ ਭਾਅ ਜੀ ਜੋ ਸਾਡੇ ਪਿੰਡ ਦੇ ਲਈ ਕਰ ਗਏ ਨੇ, ਜੋ ਵੀ ਉਹਨਾਂ ਨੇ ਕਾਰਜ ਕੀਤੇ ਨੇ ਉਹ ਅਸੀਂ ਅੱਜ ਵੀ ਦੇਖਦੇ ਹਾਂ ਤੇ ਸਾਨੂੰ ਉਸ ਭਾਅ ਜੀ ਹੋਰਾਂ ਦਾ ਮਾਣ ਮਹਿਸੂਸ ਹੁੰਦਾ ਕਿ ਉਹਨਾਂ ਨੇ ਜੋ ਲੀਹ ਤੋਰੀ ਸੀ ਉਹ ਬਹੁਤ ਹੀ ਵਧੀਆ ਕੰਮ ਕਰਕੇ ਗਏ ਨੇ। ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਜਿਵੇਂ ਭਾਅ ਜੀ ਹੋਰਾਂ ਨੇ ਇਸ ਯੂਥ ਦਾ ਬੰਨ ਬੰਨਿਆ ਸੀ, ਉਸੇ ਹੀ ਉਹਨਾਂ ਦੇ ਨਕਸ਼ੇ ਕਦਮ ਚੱਲੀਏ ਤੇ ਪਿੰਡ ਦੀ ਹੋਰ ਸੇਵਾ ਕਰੀਏ। ਮਹਾਰਾਜ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਸਾਡੇ ਵੱਡੇ ਭਾਅ ਜੀ ਸਤਿਕਾਰਯੋਗ ਲੈਕਚਰਰ ਬਖਸ਼ੀਸ਼ ਸਿੰਘ ਜੀ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਾਰੇ ਵੱਡੇ ਭਰਾਵਾਂ ਨੂੰ, ਸਤਿਕਾਰਯੋਗ ਵੱਡੇ ਪੀਰਾਂ ਨੂੰ ਸਤਿ ਸ੍ਰੀ ਅਕਾਲ। ਜਿੱਦਾਂ ਤੁਹਾਨੂੰ ਪਤਾ ਹੀ, ਅੰਕਲ ਬਖਸ਼ੀਸ਼ ਸਿੰਘ ਜੀ ਸਾਡੇ ਵਿੱਚ ਨਹੀਂ ਰਹੇ, ਬਹੁਤ ਦੁੱਖ ਹੋਇਆ ਉਹਨਾਂ ਦੇ ਜਾਣ ਦਾ। ਉਹਨਾਂ ਦੀ ਕਮੀ ਕਦੀ ਨਹੀਂ ਪੂਰੀ ਹੋ ਸਕਦੀ। ਪਿੰਡ ਦੇ ਹਰੇਕ ਕੰਮ ਕਾਜ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਂਦੇ ਸੀ। ਬਹੁਤ ਨਿੱਘਾ ਅਤੇ ਮਿੱਠਾ ਸੁਭਾਅ ਸੀ ਸਾਰਿਆਂ ਨਾਲ, ਬਹੁਤ ਪਿਆਰ ਨਾਲ ਰਹਿੰਦੇ ਸੀ, ਪਿਆਰ ਨਾਲ ਬੋਲਦੇ ਸੀ। ਵਾਹਿਗੁਰੂ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ, ਭਾਣਾ ਮੰਨਣ ਦਾ ਬਲ ਬਖਸ਼ੇ। ਬਾਕੀ ਬਹੁਤ ਘਾਟਾ ਪਿਆ ਉਹਨਾਂ ਦੇ ਜਾਣ ਨਾਲ, ਬਹੁਤ ਚੰਗਾ ਸੁਭਾਅ ਸੀ, ਬਹੁਤ ਦੁੱਖ ਹੋਇਆ ਉਹਨਾਂ ਦੇ ਜਾਣ ਦਾ। ਸਾਰੇ ਪਿੰਡ ਨੂੰ, ਸਾਰੇ ਵੀਰਾਂ ਨੂੰ ਬਹੁਤ ਕਮੀ ਮਹਿਸੂਸ ਹੋਏਗੀ ਉਹਨਾਂ ਦੀ। ਬਾਕੀ ਵਾਹਿਗੁਰੂ ਸਾਰੇ ਭਰਾਵਾਂ ਨੂੰ ਚੜ੍ਹਦੀ ਕਲਾ 'ਚ ਰੱਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਜਿੱਦਾਂ ਤੁਹਾਨੂੰ ਪਤਾ ਕਿ ਸਾਡੇ ਬਹੁਤ ਹੀ ਪਿਆਰੇ ਵੀਰ, ਸਾਡੇ ਵੱਡੇ ਭਾਜੀ ਸਰਦਾਰ ਬਖਸ਼ੀਸ਼ ਸਿੰਘ ਜੀ ਸਾਡੇ ਵਿੱਚ ਨਹੀਂ ਰਹੇ, ਆਪਾਂ ਸਾਰਿਆਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਉਹਨਾਂ ਦੇ ਇਸ ਟਾਈਮ ਆਖਰੀ ਸਮੇਂ। ਐਂਡ ਉਹਨਾਂ ਦੀ ਇੱਕ ਗੱਲ ਯਾਦ ਆਉਂਦੀ ਜਿਹੜੀ ਮਿਸ ਹੋ ਗਈ, ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ। ਅਤੇ ਜਦੋਂ ਅਸੀਂ ਬੈਠੇ ਹੁੰਦੇ ਸੀ ਨਾ ਕਦੀ ਉਹਨਾਂ ਦੇ ਘਰ ਮੁੰਡੇ ਇਕੱਠੇ ਹੋ ਕੇ, ਭਾਜੀ ਹਮੇਸ਼ਾ ਇੱਕ ਗੱਲ ਕਰਿਆ ਕਰਦੇ ਸੀ ਕਿ ਬੰਦੇ ਦਾ ਉਦੋਂ ਮੁੱਲ ਪੈਂਦਾ ਕਿ ਜਦੋਂ ਬੰਦੇ ਦਾ ਐਂਡ ਹੁੰਦਾ, ਕਿ ਤੁਹਾਡੀ ਅਰਥੀ ਨੂੰ ਕੌਣ ਮੋਟਾ ਦਿੰਦਾ, ਕਿ ਕਿੰਨੇ ਕੁ ਲੋਕ ਕਬਰਿਸਤਾਨ ਦੇ ਵਿੱਚ ਹਾਜ਼ਰ ਹੁੰਦੇ ਨੇ ਕਿ ਜਿਹੜੇ ਤੁਹਾਨੂੰ ਆ ਕੇ ਉਸ ਟਾਈਮ ਤੁਹਾਡੇ ਲਾਸਟ ਦਰਸ਼ਨ ਕਰਦੇ ਨੇ, ਉਹ ਬੰਦੇ ਦੀ ਆਖਰੀ ਕਮਾਈ ਹੁੰਦੀ ਹੈ। ਸੋ ਦੋਸਤੋ, ਜਦੋਂ ਭਾਅ ਜੀ ਸਾਨੂੰ ਛੱਡ ਕੇ ਚਲੇ ਜਾਂਦੇ ਨਾ, ਉੱਥੇ ਇਤਿਹਾਸ ਕੁਛ ਨਵਾਂ ਬਣਦਾ। ਭਾਅ ਜੀ ਜਦੋਂ ਭਾਅ ਜੀ ਪੂਰੇ ਹੁੰਦੇ ਆ ਤਾਂ ਦੋਸਤੋ ਇੱਕ ਬਹੁਤ ਵੱਡਾ ਇਕੱਠ ਹੁੰਦਾ ਸੰਗਤਾਂ ਦਾ, ਜਿਹੜੇ ਉਹਨਾਂ ਨੂੰ ਲੋਕ ਜਾਣਦੇ ਸਨ ਜਾਂ ਪਿਆਰ ਕਰਦੇ ਸਨ, ਅਤੇ ਲੋਕ ਪਿੰਡ ਦੀ ਸਾਰੀ ਪੰਚਾਇਤ
ਐਂਡ ਪਿੰਡ ਦੇ ਸਾਰੇ ਲੋਕ, ਪਿੰਡ ਦਾ ਸਰਪੰਚ, ਪਿੰਡ ਦਾ ਸਾਬਕਾ ਸਰਪੰਚ, ਐਵਰੀਬੋਡੀ, ਮਤਲਬ ਕਿ ਉਹਨਾਂ ਦੀ ਅਰਥੀ ਨੂੰ ਜਾ ਕੇ ਕੰਧਾ ਦੇਣ ਨੂੰ ਉਤਾਵਲ ਹੈ, ਮੋਢੇ 'ਤੇ ਉਹਨਾਂ ਨੂੰ ਲਾਸਟ ਸਟੋਰੀ ਚੁੱਕਣ ਨੂੰ ਉਤਾਵਲ ਹੈ। ਸੋ ਦੋਸਤੋ, ਇੱਕ ਹੋਰ ਗੱਲ ਹੁੰਦੀ ਕਿ ਉਹਨਾਂ ਦੇ ਸਨਮਾਨ ਦੇ ਵਜੋਂ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਜਦੋਂ ਅੰਤ ਸਮੇਂ ਉਹਨਾਂ ਨੂੰ ਆਪਾਂ ਵਿਦਾਇਗੀ ਦੇਣੀ ਸੀ। ਸੋ ਦੋਸਤੋ, ਇਹ ਸੀ ਭਾਜੀਰਾਂ ਦੀ ਲਾਸਟ ਜਿਹੜੀ ਆਖਰੀ ਕਮਾਈ, ਜੋ ਕੁਝ ਉਹਨਾਂ ਨੇ ਪਿੰਡ ਵਿੱਚ ਕੀਤਾ, ਹੈ ਨਾ। ਅਖੀਰਲੇ ਟਾਈਮ ਲੋਕਾਂ ਨੇ ਇੰਨਾ ਕੁ ਮਾਣ ਸਤਿਕਾਰ ਅਤੇ ਪਿਆਰ ਦਿੱਤਾ ਭਾਜੀਰਾਂ ਨੂੰ, ਔਰ ਇਸੇ ਤਰ੍ਹਾਂ ਹੀ ਮਹਾਰਾਜ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਸੇ ਤਰ੍ਹਾਂ ਹੀ ਉਹਨਾਂ ਨੂੰ ਉਹੀ ਆਦਰ ਉੱਥੇ ਮਿਲੇ ਉਸ ਲੋਕ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਗੱਲ ਸੀ ਜਿਹੜੀ ਮੇਰੇ ਮਨ ਵਿੱਚ ਸੀ, ਜਿਹੜੀ ਸ਼ਰਧਾਂਜਲੀ ਦੇ ਵਿੱਚ ਰਹਿ ਗਈ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਸੀ, ਉਹ ਮੈਂ ਕਰਤੀ। ਇਹ ਆਖਰੀ ਸਮਾਂ ਹੁੰਦਾ ਜਦੋਂ ਉੱਥੇ ਬੰਦੇ ਦੀ ਅਸਲੀ ਕਮਾਈ ਦਾ ਜਿਹੜਾ ਪਤਾ ਲੱਗਦਾ।